ਦਰਦ ਹੋਇਆ ਫਿਰ ਅੱਖਾਂ ਦੇ ਵਿੱਚ ਹੁਣ ਦੇਖ ਰਿਹਾ ਬਾਈ ਦੂਰੀ ਮਿਲ ਰਹੀ ਹੈ ਸਹੀ ਤਰੀਕੇ ਨਾਲ ਇੱਕ ਦੀ ਰੈਸੂ ਹੋ ਗਈ ਹੁਣੀ ਸਾਡੇ ਘਰ ਵਾਲੇ ਘਰ ਵਾਲੇ ਫਿਰ ਇਹਨਾਂ ਵੇਖ ਲਈ ਇੱਕ ਦੀ ਸਾਡੀ ਭੁੱਖੀ ਨਹੀਂ ਗਈ ਪੱਕੇ ਤੌਰ ਹਾਂ ਸਾਡੇ ਹੁਣ ਲਈ ਸਰਪੰਚ ਵੀ ਨਹੀਂ ਆਇਆ ਸਾਡੇ ਪਿੰਡ ਤੇ ਸਰਪੰਚ ਦਾ ਵਿੱਚ ਹੱਥ ਆਈ ਸਾਡੇ ਪਿੰਡ ਸਰਪੰਚ ਆਉਣ ਦਾ ਹੱਕ ਬਣਦਾ ਜੀ ਲਾਲਾ ਇੱਕ ਬੈਠੀ ਸਾਡੀ ਉਹਨਾਂ ਦਾ ਹੱਕ ਬਣਦਾ ਸਾਡੇ ਲਈ ਜੇ ਅਸੀਂ ਤੁਹਾਡੀ ਪੂਰੀ ਸੇਵਾ ਕਰਾਂ ਚਲੋ ਇੱਕ ਕਮੇਟੀ ਕਰੀਓ ਤੁਹਾਡੀ ਲੰਗਰ ਦੀ ਸੇਵਾ ਥੋੜੇ ਦੁੱਖ ਸੋਚ ਖੜਿਆ ਸੀ ਹੁਣ ਸਾਨੂੰ ਪਤਾ ਤੇ ਦੇਖਣ ਆਏ ਨੇ ਉਹ ਕਮੇਟੀ ਵਾਲੇ ਹਾਂ ਸਰਪੰਚ ਇੱਕ ਵਾਰੀ ਵੀ ਨਹੀਂ ਆਇਆ ਦੇਖੋ ਕਮੇਟੀ ਕਰੀਓ ਤੁਹਾਨੂੰ ਕੋਈ ਵੀ ਕੋਈ ਤੱਕ ਤੁਹਾਡੀ ਸਾਰੀ ਮਦਦ ਕਰਾਂਗੇ ਸਾਰੇ ਜੀ ਗੱਲ ਕਰਨਾ ਚਾਹੁੰਦੇ ਆ ਇਹ ਸਾਡੀ ਭੈਣ ਹੈ ਵਿਚਾਰੀ ਜਿਨ੍ਹਾਂ ਦਾ ਪਤੀ ਹੈ ਵਿਚਾਰੇ ਨੂੰ ਵੇਖਣਾ ਬੰਦ ਹੋ ਗਿਆ ਤੇ ਹੁਣ ਚਾਰ ਪੰਜ ਦਿਨਾਂ ਬਾਅਦ ਉਰੇ ਹਾਲਾਤ ਸੁਧਰੇ ਭੈਣ ਜੀ ਕਹਿੰਦੇ ਆ ਕਿ ਸਾਡਾ ਇੱਕ ਕੰਮ ਕਰ ਦਿਓ ਜੋ ਹੋਣਾ ਸੀ ਉਹ ਤਾਂ ਹੋ ਗਿਆ ਵੀ ਸਾਡੇ ਪਿੰਡ ਚ ਸ਼ਰੇਆਮ ਦਾਰੂ ਵਿਕ ਰਹੀ ਕਿਉਂ ਭੈਣ ਜੀ ਵਿਕਦੀ ਹੈ ਨਸ਼ਾ ਪੂਰਾ ਵਿਕਦਾ ਸਾਡੇ ਪਿੰਡ ਚ ਸੋ ਜੇ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਦੇ ਹਲਕੇ ਦੇ ਵਿੱਚ ਪਿੰਡ ਦੇ ਵਿੱਚ ਦਾਰੂ ਵਿਕ ਰਹੀ ਹੈ ਤਾਂ ਫੇਰ ਇਸ ਪੰਜਾਬ ਦਾ ਕੀ ਹਾਲ ਹੋਏਗਾ ਇਹ ਪੰਜਾਬ ਦੀ ਜਨਤਾ ਅੰਦਾਜ਼ਾ ਲਾ ਸਕਦੀ ਹੈ ਜਾਂ ਲੋਕ ਅੰਦਾਜ਼ਾ ਲਾ ਸਕਦੇ ਕੋਈ ਆਇਆ ਤੁਹਾਡੇ ਕੋਲ ਇਹਨਾਂ ਲੋਕਾਂ ਨੇ 55,000 ਵੋਟਾਂ ਪਾ ਕੇ ਜਿਤਾਇਆ 55,000 ਦੇ ਨਾਲ ਔਰ ਮੈਨੂੰ ਲੱਗਦਾ ਹਜੇ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦਾ ਪਤਾ ਲੈਣ ਨਹੀਂ ਆਇਆ ਹਾਲਾਂਕਿ ਸਭ ਤੋਂ ਪਹਿਲਾਂ 5-6 ਮੰਤਰੀ ਹੈ ਇੱਥੋਂ ਦੇ ਮੁੱਖ ਮੰਤਰੀ ਇੱਥੋਂ ਦਾ ਸਭ ਤੋਂ ਪਹਿਲਾਂ ਇਹਨਾਂ ਦਾ ਪਤਾ ਲੈਣ ਹੋਣਾ ਚਾਹੀਦਾ ਵੀ ਗੱਲ ਕੀ ਹੋਣੀ ਲੇਕਿਨ ਮੈਨੂੰ ਲੱਗਦਾ ਕਿਸੇ ਨੇ ਬਾਤ ਨਹੀਂ ਦਰਦ ਹੋਇਆ ਫਿਰ ਅੱਖਾਂ ਦੇ ਵਿੱਚ ਹੁਣ ਦੇਖ ਰਿਹਾ ਬਾਈ ਦੂਰੀ ਮਿਲ ਰਹੀ ਹੈ ਸਹੀ ਤਰੀਕੇ ਨਾਲ ਇੱਕ ਦੀ ਰੈਸੂ ਹੋ ਗਈ ਹੁਣੀ ਸਾਡੇ ਨਾਲ ਘਰ ਵਾਲੇ ਘਰ ਵਾਲੇ ਸਾਡੀ ਭੁੱਖੀ ਨਹੀਂ ਗਈ ਪੱਕੇ ਤੌਰ ਸਾਡੇ ਹੁਣ ਲਈ ਸਰਪੰਚ ਵੀ ਨਹੀਂ ਆਇਆ ਸਾਡੇ
ਸਰਪੰਚ ਦਾ ਵਿੱਚ ਹੱਥ ਹੈ ਜੀ। ਸਾਡੇ ਪਿੰਡ ਸਰਪੰਚ ਆਉਣ ਦਾ ਹੱਕ ਬਣਦਾ ਜੀ, ਲਾਲਾ ਲਈ ਕਮੇਟੀ ਸਾਡੀ ਉਹਨਾਂ ਦਾ ਹੱਕ ਸਾਡੀ ਭੈਣ ਹੈ ਵਿਚਾਰੀ, ਜਿਨ੍ਹਾਂ ਦਾ ਪਤੀ ਹੈ ਵਿਚਾਰੀ ਨੂੰ ਵੇਖਣੋਂ ਬੰਦ ਹੋ ਗਿਆ, ਤੇ ਹੁਣ 4-5 ਦਿਨਾਂ ਬਾਅਦ ਉਰੇ ਹਾਲਾਤ ਸੁਧਰੇ। ਭੈਣ ਜੀ ਕਹਿੰਦੇ ਆ ਕਿ ਸਾਡਾ ਇੱਕ ਕੰਮ ਕਰ ਦਿਓ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਵੀ ਸਾਡੇ ਪਿੰਡ ਚ ਸ਼ਰੇਆਮ ਦਾਰੂ ਵਿਕਰੀ। ਕਿਉਂ ਭੈਣ ਜੀ ਵਿਕਦੀ ਹੈ? ਨਸ਼ਾ ਪੂਰਾ ਵਿਕਦਾ ਸਾਡੇ ਪਿੰਡ ਚ। ਸੋ ਜੇ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਨੇ, ਪੰਜਾਬ ਦੇ ਖਜ਼ਾਨਾ ਮੰਤਰੀ ਦੇ ਹਲਕੇ ਦੇ ਵਿੱਚ ਪਿੰਡ ਦੇ ਵਿੱਚ ਦਾਰੂ ਵਿਕਰੀ ਹੈ, ਤਾਂ ਫੇਰ ਇਸ ਪੰਜਾਬ ਦਾ ਕੀ ਹਾਲ ਹੋਏਗਾ? ਇਹ ਪੰਜਾਬ ਦੀ ਜਨਤਾ ਅੰਦਾਜ਼ਾ ਲਾ ਸਕਦੀ ਹੈ ਜਾਂ ਲੋਕ ਅੰਦਾਜ਼ਾ ਲਾ ਸਕਦੇ? ਸੋ ਕੋਈ ਆਇਆ ਤੁਹਾਡੇ ਕੋਲ? ਕੋਈ ਨਹੀਂ ਆਇਆ। ਇਹਨਾਂ ਲੋਕਾਂ ਨੇ 55,000 ਵੋਟਾਂ ਪਾ ਕੇ ਜਿਤਾਇਆ, 55,000 ਦੇ ਨਾਲ। ਔਰ ਮੈਨੂੰ ਲੱਗਦਾ ਹਜੇ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦਾ ਪਤਾ ਲੈਣ ਨਹੀਂ ਆਇਆ। ਹਾਲਾਂਕਿ ਸਭ ਤੋਂ ਪਹਿਲਾਂ 5-6 ਮੰਤਰੀ ਹੈ ਇੱਥੋਂ ਦੇ, ਮੁੱਖ ਮੰਤਰੀ ਇੱਥੋਂ ਦਾ ਹੈ, ਸਭ ਤੋਂ ਪਹਿਲਾਂ ਇਹਨਾਂ ਦਾ ਪਤਾ ਲੈਣ ਹੋਣਾ ਚਾਹੀਦਾ ਵੀ ਗੱਲ ਕੀ ਹੋ। ਲੇਕਿਨ ਮੈਨੂੰ ਲੱਗਦਾ ਕਿਸੇ ਨੇ ਬਾਤ ਨਹੀਂ ਪੁੱਛੀ।